गाइस एंकर। तो गाइस आज से आए पे हैं अब याद है गाइस असि के तो चेता है कि आप बनाने हैं व्लॉग गाइस। आज असि आए हैं यहां वेडिंग कैसल ए ना वेडिंग कैसल ऑन द गेट मेक सर पार्किंग ਦੇ ਵਿੱਚ ਆ ਤੇ ਗਾਇਸ ਅਸੀਂ ਉਹਦੇ ਵੈਡਿੰਗ ਕਰ ਸਕਦੇ ਦਿਖਾਉਣਾ ਮੈਂ ਚੱਲੀ ਆ ਫਿਰ ਅੰਦਰ ਸਟਾਰਟ ਗਾਇਸ ਇਹਨਾਂ ਫੋਟੋ ਮੱਕ ਚੋਣ ਦੀ ਪਈ ਆ ਬਾਰ-ਬਾਰ ਕਦੀ ਕਹਿੰਦੀ ਆ ਆ ਗੱਡੀ ਸਾਹਮਣੇ ਖੜਦੀ ਆ ਉੱਤੇ ਖੱਜ ਆ ਇੱਥੇ ਖੜਦੀ ਆ ਇੱਥੇ ਖੱਜ ਉਧਰ ਥਾਰ ਸੀ ਕਹਿੰਦੀ ਉੱਥੇ ਖੜਦੀ ਆ ਉਹ ਸਾਡੀ ਇੰਨੀ ਸੋਹਣੀ ਖੜੀ ਆ ਉਹਦੇ ਮੋਹਰੇ ਕੋਈ ਖਿਚਾਉਂਦਾ ਨਹੀਂਗਾ ਪਤਾ ਨਹੀਂ ਹੈ ਕਿਉਂ ਲੋਕਾਂ ਦੀ ਗੱਡੀ ਆ ਲਾਵੜੇ ਕਿਉਂ ਚਾਰੇ ਸਾਡੇ ਕੋਲ ਚੁੱਦਾ ਹੀ ਲੱਖਾਂ ਪਈਆਂ ਨੇ ਇਹਨੂੰ ਕੁਛ ਕਿਹਨਾ खड़ी देखिए उधर गई ਤੁਸੀਂ ਦੇਖੀ ਸੀ ਇੱਕ ਕਲਿੱਪ ਉਹਦੇ ਵਿੱਚ ਭਾਈ ਬੈਠਾ ਦੇਖਦਾ ਸੀ ਮੈਨੂੰ ਪਤਾ ਹੀ ਨਹੀਂ ਲੱਗਾ इत सारे बैठे हैं और ढाबा लगा है शुभम शबनम ढाब शबनम पंजाबी ढाबा इधर स्टॉल हाँ टिक्की नूडल्स डोसा शक्करकंदी पनीर चाट गोल गप्पे पॉपकॉर्न सैंडविच पिज्जा कुल्फी चाट फ्रूट चाट ते और टब उथे गए मक्की की रोटी नाल साग अचार ते चौल लव रूप ने मैंने पूछा तो कुछ बोले नहीं आ फोटो फोटो खिंचन इधर एक रूम जहा बनिया पिया है उतो खिंच के आए
ਆਪਣੀ ਐਂਟਰੀ ਹੁੰਦੀ ਆ ਤੇ ਇੱਥੇ ਝਰਨਾ ਚੱਲਦਾ ਹੈ। ਹਾਂ ਤੇ ਫੋਟੋ ਲੱਗੀ ਆ ਮੋਰੇ। ਇੱਧਰ ਕੁਛ ਡੈਕੋਰੇਸ਼ਨ ਵਾਸਤੇ ਤੇ ਫੋਟੋ ਸ਼ੂਟ ਹੋ ਰਿਹਾ ਇਹਨਾਂ ਦਾ। ਅਭੀ ਇੱਕ ਫੋਟੋ ਲੱਗੀ ਆ ਮੋਰੇ। ਕੋਮਲ ਨੇ ਫੋਟੋ ਖਿੱਚ ਲਈਆਂ ਇਹਨਾਂ ਦੀਆਂ। ਕੋਮਲ ਬਾਹਰ ਦਾ ਮਾਹੌਲ ਆ, ਬਾਕੀ ਪਾਰਕਿੰਗ ਵਗੈਰਾ। ਇਹ ਵਿਆਹ ਵਾਲੀ ਗੱਡੀ ਦੇਖੀ ਕਿਹੜੀ ਆ, ਵਿਆਹ ਵਾਲੀ ਗੱਡੀ ਦੇਖੀ ਕਿਹੜੀ ਆ। ਬੁੜੀ ਜੀ ਇੱਕ ਉੱਧਰ ਵੀ ਉੱਧਰ ਵੀ ਤੇ ਬਸ ਬਕਸਰ ਪਾਰਕਿੰਗ ਵਾਸਤੇ ਹੀ ਆ। ਇਟਸ ਮਾਈ ਲੋ, ਮੈਂ ਪਾਇਆ ਹੋਇਆ ਸ਼ਰਾਰਾ। ਕਮਲ ਸ਼ੀਸ਼ੇ ਚਾਹੀ, ਸ਼ੀਸ਼ੇ ਚਾਹੀ। ਫੋਟੋ ਸ਼ੂਟ ਚੱਲ ਰਿਹਾ, ਮੈਂ ਖਿੱਚਦੀ ਹਾਂ, ਫੜਾ ਦੇ। ਆਈਫੋਨ ਦੇ ਵਿੱਚ ਫੋਟੋਸ ਖਿੱਚਦੇ ਆ, ਕਹਿੰਦੇ ਆ ਕਿ ਮੂੰਹ ਹੀ ਨਹੀਂ ਗੋਰੇ ਸਾਡੇ। ਸਾਈਡ ਤੇ ਤੁਸੀਂ ਦੇਖਦੇ ਹੋਣੇ ਕਿੱਦਾਂ ਦਾ, ਕਿੰਨੀ ਸੋਹਣੀ ਆਉਂਦੀ ਹੈ ਆਈਫੋਨ ਦੇ ਵਿੱਚ, ਕਿੰਨਾ ਫਰਕ ਆ। ਇਹ ਵੀਡੀਓ ਦੇ ਵਿੱਚ ਦੇਖੋ ਕਿੱਦਾਂ ਦੀ ਲੱਗ ਰਹੀ ਆ ਤੇ ਫੋਟੋ 'ਚ ਦੇਖੋ ਕਿੰਨੀ ਸੋਹਣੀ ਆਉਂਦੀ ਸੀ। ਜੋਤ ਸਾਈਡ ਹੋ ਜਾ, ਜੋਤ ਸਾਈਡ ਹੋ ਜਾ, ਜੋਤ ਸਾਈਡ ਹੋ ਜਾ। ਇਹਨਾਂ ਦੇ ਕੋਲ ਨਹੀਂ ਸੋਹਣੀ ਹੁੰਦੀ, ਇੱਧਰ ਜਾ, ਫੁੱਲਾਂ ਦੇ ਕੋਲ ਬਹੁਤ ਸੋਹਣੀ ਹੁੰਦੀ। ਇਹਨਾਂ ਦਾ ਚੱਲ ਜਿੱਥੇ ਵੀ ਚਲ ਜਾਓ, ਇਹਨਾਂ ਦੀਆਂ ਗਈ ਫੋਟੋ ਸੀ ਨਹੀਂ ਸੂਤ ਆਉਂਦੀਆਂ ਹੁੰਦੀਆਂ, ਇਹਦੇ ਵੀ ਖਿੱਚ ਲਓ, ਇਹਦੇ ਵੀ ਖਿੱਚ ਲਓ। ਹਾਂ ਦੋਨੀ ਵੇਚਣ, ਪਿੱਛੇ ਵੀ ਦੇਖ ਲਾ। ਕਾਲੀ ਹੁੰਦੀ ਪਰ ਗੱਬੇ ਖੜ ਕੇ ਸੋਹਣੀ ਨਹੀਂ ਆਉਂਦੀ, ਕਾਲੀ ਹੁੰਦੀ। ਫੜ, ਮੈਂ ਖਿੱਚੀ ਨਹੀਂ, ਇਹਦੇ ਵਿੱਚ ਕਾਲੀ ਹੁੰਦੀ ਆ। ਲੋਕ ਕੁਛ ਇੱਦਾਂ ਦੇ ਲੋਕ ਹੁੰਦੇ ਨੇ ਜਿਹਨਾਂ ਦੇ ਵਿਆਹ 'ਤੇ ਆ ਕੇ ਬਸ ਫੋਟੋ ਸ਼ੂਟਿੰਗ ਵੀ ਸੂਟ ਆਉਂਦੇ, ਅਤੇ ਮੈਂ ਤਾਂ ਜੋਤ ਥੱਕ ਕੇ ਇਹਨਾਂ ਲੋਕਾਂ ਤੋਂ ਕੁਛ ਨਾ ਕੁਛ ਖਾਣ ਲਈ ਚਲ ਜਾਂਦੇ ਹਾਂ, ਹੈ ਨਾ ਜੋਤ। ਬਾਚੋ ਘਰ ਜਾ ਕੇ ਫਿਰ ਇੱਦਾਂ ਦੇ ਲੋਕ ਕਹਿੰਦੇ ਨੇ ਮੇਰੀ ਕੋਈ ਫੋਟੋ ਹੀ ਨਹੀਂ ਖਿੱਚਦਾ ਸੀ। ਮੈਂ ਇੰਨਾ ਗੁੱਸਾ ਚੜ੍ਹਦਾ ਹੈ ਕਿ ਦੋ ਚਾਰ ਥੱਪੜ ਮਾਰ ਕੇ ਉਡਾ ਦੀਏ। ਇੱਧਰ ਜੰਗਲ ਆ, ਇੱਥੇ ਲੋਕ ਟਰੈਕਿੰਗ ਕਰਨ ਵਾਸਤੇ ਨਹੀਂ ਆਉਂਦੇ ਕਿਉਂਕਿ ਇਹ ਕੋਈ ਜੰਗਲ ਨਹੀਂ ਗਾ, ਇਹ ਪਾਰਕ ਹੀ ਆ। ਜੋ ਤਾਂ ਆਪਣਾ ਮੂੰਹ ਸਾਫ਼ ਕਰ, ਕੁਲਫੀ ਖਾ ਕੇ ਹਟੇ ਹੋਏ ਆ ਨਿਆਣੇ ਦੀ ਫੋਟੋਸ। ਵਾਹ ਬਈ ਵਾਹ, ਤੇ ਚੱਲੇ ਹੁਣ ਬਾਹਰ ਨੂੰ, ਹੁੰਦਾ ਵੀ ਪਤਾ ਨਹੀਂ ਕੀ ਕੁਛ ਲੈ ਕੇ ਆਊਗਾ ਅਤੇ ਜਾਊਗਾ। ਇਹ ਗੱਡੀ ਕਿਹੜੀ ਜਿਹੜੀ ਇਹਨਾਂ ਨੇ ਸਜਾਈ ਪਈ ਆ, ਨਕਲੀ ਆ, ਨਕਲੀ ਆ, ਅਸਲੀ ਆ ਆਈ ਥਿੰਕ। ਇਹ ਉਹਨਾਂ ਨੇ ਅਸਲੀ ਰੋਜ਼ ਲਾਏ ਆ ਗੱਡੀ 'ਤੇ, ਆਉਂਦੇ ਇੱਥੇ ਵੀ ਡਿੱਗੇ ਆ।
ਥੱਲੇ ਵੀ ਡਿੱਗੇ। ਆਹ ਗੱਡੀ ਪਤਾ ਨਹੀਂ ਕਿਹੜਾ ਦੀ ਨਕਲੀ ਜੀ, ਰੋਜ਼ ਨੂੰ ਸਜਾ ਕੇ ਲੈ ਆਏ। ਤਿੰਨ ਗੱਡੀਆਂ ਸਜਾਈਆਂ ਸ਼ਾਇਦ ਉਹਨਾਂ ਨੇ, ਹੈਂ ਆਉਂਦੇ ਤੀਜੀ, ਆਹ ਤਾਂ ਥੋੜ੍ਹੀ ਬਹੁਤ ਹੀ ਆ। ਉਹਦੇ ਜੋਤ ਵੀ ਆ, ਆ ਲੈ ਕੇ ਆਉਂਦਾ ਸੀ ਅਸੀਂ। ਦਿਖਾਈ ਮਾੜਾ ਕਿੱਧਰ, ਪੰਜਾਹ ਰੁਪਏ ਦਾ ਦਿੱਤਾ ਅੰਕਲ ਜੀ ਨੇ, ਉੱਥੇ ਤੀਆਂ ਦਾ ਦਿੰਦੇ ਸੀ ਗਾਈ ਦੇ। ਇਸ ਕਿਹਾ ਅੰਕਲ ਤੀਆਂ ਦਾ ਲਾ ਲਓ, ਕਹਿੰਦਾ ਨਹੀਂ ਲਾਉਣਾ। ਇਸ ਕਿਹਾ ਫਿਰ ਰਹਿਣ ਦਿਓ, ਕਹਿੰਦਾ ਫਿਰ ਰਹਿਣ ਦਿਓ, ਫਿਰ ਇਸ ਕਿਹਾ ਦੇ ਹੀ ਦਿਓ। ਫਿਰ ਖੱਟੋ ਤੋਂ ਸਾਡੀ ਹੋ ਗਈ ਸੀਗੀ, ਇਸ ਕਿਹਾ ਚੱਲ ਦੇ ਦੂਗਾ ਤੀਆਂ ਦਾ, ਪਰ ਉਹਨੇ ਦਿੱਤਾ ਹੀ ਨਹੀਂ। ਅਸੀਂ ਲੈ ਆਉਂਦੇ ਉਹ ਘੜੇ 'ਚੋਂ ਫੁੱਲ ਡੱਲ ਗਏ,